ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਜਿੱਥੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਜਲਦੀ ਹੀ ਕਰਨ ਦੇ ਨਾਲ ਆਪਣਾ ਮੈਨੀਫੈਸਟੋ ਜਾਰੀ ਕਰਨ ਦੀ ਗੱਲ ਆਖੀ ਹੈ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੋਵਾਂ ਪਾਰਟੀਆਂ ਤੋਂ ਪਿਛੜਦਾ ਹੋਇਆ ਨਜ਼ਰ ਆ ਰਿਹਾ ਹੈ। ਪਾਰਟੀ ਨੇ ਇਸ ਬਾਰੇ ਹਾਲੇ ਤੱਕ ਕੋਈ ਵੀ ਗਤੀਵਿਧੀ ਸ਼ੁਰੂ ਨਹੀਂ ਕੀਤੀ ਹੈ। ਇਸ ਗੱਲ ਦੇ ਸੰਕੇਤ ਪਾਰਟੀ ਦੇ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਸੁਖਦੇਵ ਸਿੰਘ ਢੀਂਡਸਾ ਤੋਂ ਮਿਲੇ ਨੇ। ਉਹਨਾਂ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਇਸ ਪਾਸੇ ਜਲਦੀ ਹੀ ਕੰਮ ਸ਼ੁਰੂ ਕਰਨ ਜਾ ਰਿਹਾ ਹੈ। ਇਸ ਮੌਕੇ ਢੀਂਡਸਾ ਨੇ ਪੰਜਾਬੀ ਮੁਲਾਜ਼ਮ ਜਥੇਬੰਦੀ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਕਈ ਹੋਰ ਮੁੱਦਿਆਂ ਬਾਰੇ ਸਰਕਾਰ ਦਾ ਸਟੈਂਡ ਸਪਸ਼ਟ ਕੀਤਾ ਹੈ। ਪੰਜਾਬ ਦੇ ਮੁਲਾਜ਼ਮਾਂ ਦੀ ਜਥੇਬੰਦੀ PSPCL ਯੂਨਾਈਟਿਡ ਐਕਸ਼ਨ ਗਰੁੱਪ ਦੁਆਰਾ ਸੰਗਰੂਰ ਦੇ ਵਿੱਚ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਭਰ ਤੋਂ ਜੁਟੇ ਮੁਲਾਜ਼ਮਾਂ ਨੇ 955 ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉੱਥੇ ਹੀ ਵੱਖ ਵੱਖ ਵਿਭਾਗਾਂ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਨਾਲ ਜੁੜੀਆਂ ਮੰਗਾਂ ਨੂੰ ਸਮਾਗਮ ਦੇ ਵਿੱਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਸਾਹਮਣੇ ਰੱਖਿਆ। ਖਾਸ ਕਰਕੇ ਅੱਜ ਦਾ ਪ੍ਰੋਗਰਾਮ ਰੱਖਣ ਦਾ ਮਕਸਦ ਸਾਡਾ ਇਹ ਸੀ ਕਿ 955 ਸਾਡੇ ਲਾਈਨਮੈਨ ਸੀ ਕੰਟਰੈਕਟ ਦੇ, ਉਹਨਾਂ ਨੂੰ ਰੈਗੂਲਰ ਆਰਡਰ ਮਿਲਿਆ ਅਤੇ ਰੈਗੂਲਰ ਸਕੇਲ ਦਿੱਤਾ ਗਿਆ, ਔਰ ਉਹਦੀ ਖੁਸ਼ੀ 'ਚ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਜਿਹੜੇ ਕਿ ਤੀਜੀ ਵਾਰੀ ਰਾਜ ਸਭਾ ਦੇ ਮੈਂਬਰ ਨਿਯੁਕਤ ਹੋਏ ਆ, ਉਹਨਾਂ ਦਾ ਅਸੀਂ ਸਨਮਾਨ ਸਮਾਰੋਹ ਰੱਖਿਆ ਗਿਆ। ਜਿਹੜੇ ਗੁਰਬਚਨ ਸਿੰਘ ਬੱਚੀ ਜੀ ਵੀ ਖਾਸ ਤੌਰ 'ਤੇ ਉਹਨਾਂ ਦਾ ਇਹ ਰੋਲ ਰਿਹਾ ਔਰ ਉਹਨਾਂ ਨੂੰ ਇਹ ਸਨਮਾਨ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ। ਔਰ ਮੈਂ ਅੱਜ ਇਸ ਸਟੇਜ ਤੋਂ ਜਿੱਥੇ ਲਾਈਨਮੈਨਾਂ ਨੂੰ ਵਧਾਈ ਦਿੰਦਾ, ਉੱਥੇ ਸਰਕਾਰ ਨੂੰ, ਬਿਜਲੀ ਬੋਰਡ ਨੂੰ ਅਤੇ ਸਮੁੱਚੇ ਢਾਂਚੇ ਨੂੰ ਇਹ ਬੇਨਤੀ ਕਰਨੀ ਹੈ ਕਿ ਜਿਹੜਾ 4000 ਲਾਈਨਮੈਨ ਹੋਰ ਬੜੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ, ਜਿਹਨਾਂ ਦਾ ਹੱਕ ਬਣਦਾ, ਉਹਨਾਂ ਨੂੰ 4000 ਬੰਦੇ ਨੂੰ ਨੌਕਰੀ ਦਿੱਤੀ ਜਾਵੇ, ਔਰ ਮੁਲਾਜ਼ਮਾਂ ਦੇ ਜਿਹੜੇ ਮਸਲੇ ਪੈਣ ਪਏ ਹੈ ਉਹਨਾਂ ਨੂੰ ਜਲਦੀ ਜਲਦੀ ਹੱਲ ਕੀਤਾ ਜਾਵੇ। ਬਿਜਲੀ ਬੋਰਡ ਦੇ ਵਿੱਚ ਪੇ ਬੈਣ ਦਾ ਮਸਲਾ ਹੈਗਾ, ਵਰਚਾਰਜਾਂ ਨੂੰ ਪੱਕੇ ਕਰਨ ਦਾ ਮਸਲਾ, ਔਰ ਕੱਚੇ ਜਿਹੜੇ ਕੰਟਰੈਕਟ ਵਾਲੇ ਬੱਚੇ ਹੈ ਤਕਰੀਬਨ 50,000 ਸਰਕਾਰ ਦੇ ਵਿੱਚ ਕੰਮ ਕਰਦੇ ਹੈ, ਉਹਨਾਂ ਨੂੰ ਵੱਧ ਤੋਂ ਵੱਧ ਰੈਗੂਲਰ ਕੀਤਾ ਜਾਵੇ ਤਾਂ ਜੋ ਉਹਨਾਂ ਦੀ ਹਾਰਟ ਬਰਨਿੰਗ ਜਿਹੜੀ ਹੈ ਉਹਨਾਂ ਨੂੰ ਬੜੀ ਲੰਬੀ ਚੌੜੇ ਸਮੇਂ ਤੋਂ ਤਕਲੀਫ ਹੈ। ਉਧਰ ਸੁਖਦੇਵ ਸਿੰਘ ਢੀਂਡਸਾ ਨੇ ਜਿੱਥੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ, ਉੱਥੇ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਅਤੇ ਉਹਨਾਂ ਦੇ ਨੇਤਾ ਅਰਵਿੰਦ ਕੇਜਰੀਵਾਲ ਉੱਤੇ ਵੀ SYL ਦੇ ਮੁੱਦੇ ਉੱਤੇ ਹਮਲਾ ਬੋਲਿਆ। ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਅਕਾਲੀ ਸਰਕਾਰ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਖਤਮ ਕਰਨ ਲਈ ਪੂਰੀ ਗੰਭੀਰਤਾ ਦੇ ਨਾਲ ਕੋਸ਼ਿਸ਼ਾਂ ਕਰ ਰਹੀ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦਾ, ਸਾਰੀ ਸਰਕਾਰ ਦਾ, ਬਿਜਲੀ ਬੋਰਡ ਦਾ ਚੇਅਰਮੈਨ AM ਸਾਹਿਬ ਬੱਚੀ ਜੀ, ਇਹਨਾਂ ਦਾ ਧੰਨਵਾਦ ਕਰਨ ਲਈ ਅੱਜ ਜੋ ਇਹਨਾਂ ਮੁਲਾਜ਼ਮ 'ਚ ਪੱਕੇ ਕੀਤੇ ਗਏ ਨੇ 9955, ਉਹਨਾਂ ਨੇ ਮੈਨੂੰ ਵੀ ਸਨਮਾਨ ਕੀਤਾ ਰਾਜ ਸਭਾ ਮੈਂਬਰ ਬਣਦੇ, ਅਤੇ ਉਹਨਾਂ ਨੇ ਸਰਕਾਰ ਦਾ ਧੰਨਵਾਦ ਕਰਨ ਲਈ ਵੀ ਅੱਜ ਪੱਕਾ ਰੱਖਿਆ ਸੀ। ਇਹਨਾਂ ਦਾ ਵੀ ਬਾਦ ਸਾਹਿਬ ਨੇ ਪਹਿਲਾਂ ਵੀ ਬਹੁਤ ਵਾਰੀ ਕਹਿ ਚੁੱਕੇ ਨੇ ਵੀ 1000-1000 ਕਰਕੇ ਅਸੀਂ ਕਰ ਦਿੰਦੇ ਹਾਂ, ਇੱਥੇ 4000 ਹੋਣਾ ਮੁਸ਼ਕਿਲ ਹੈ। ਉਦੋਂ ਦੇ ਕਈ ਸਾਲ ਡੇਢ ਸਾਲ ਤੋਂ ਇਹੀ ਗੱਲ ਚੱਲ ਰਹੀ ਹੈ, ਬਾਦ ਸਾਹਿਬ ਨਾਲ ਕਈ ਮੀਟਿੰਗਾਂ ਹੋਣੀਆਂ, ਬਾਕੀ ਵੀ ਬੱਚੀ ਸਾਹਿਬ ਨੇ ਵੀ ਯਕੀਨ ਦਵਾਇਆ, ਬਾਦ ਸਾਹਿਬ ਨੇ ਕਈ ਵਾਰੀ ਯਕੀਨ ਦਵਾਇਆ ਕਿ ਬਾਕੀ ਨੂੰ ਕਰਾਂ, ਕੋਈ ਯੂਟਰਨ ਨਹੀਂ ਜੀ। ਵਕੀਲ ਨੇ ਕਹਿਣਾ ਉੱਥੇ, ਕੇਜਰੀਵਾਲ ਨੇ ਆਪ ਥੋੜ੍ਹਾ ਕਹਿਣਾ ਸੀ, ਵਕੀਲ ਬਿਨਾਂ ਚੀਫ ਮਿਨਿਸਟਰ ਤੋਂ ਬਿਨਾਂ ਪੁੱਛੇ ਅੱਜ ਦਾ ਕੋਈ ਗੱਲ ਕਰ ਸਕਦਾ? ਕਦੇ ਵੀ ਕੋਈ ਮੁੱਖ ਮੰਤਰੀ ਤੋਂ ਬਿਨਾਂ ਕੋਈ ਦੱਸੋ ਵੀ ਕਿਹਨੇ ਕੀਤਾ? ਹੁਣ ਸੈਂਟਰ ਸਰਕਾਰ ਨੇ ਕਹੀ ਦਿੱਤਾ ਕਿ ਜੀ ਅਸੀਂ ਤਾਂ ਨਿਊਟਰਲ ਹਾਂ। ਫਿਲਹਾਲ ਪੰਜਾਬ ਵਿੱਚ ਦਾਅਵਿਆਂ ਅਤੇ ਵਾਅਦਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਅਤੇ ਲੀਡਰ ਲੋਕ ਸਭ ਜਥੇਬੰਦੀਆਂ ਨੂੰ ਆਪਣੇ ਆਪਣੇ ਤੌਰ ਤਰੀਕਿਆਂ ਦੇ ਨਾਲ ਭਰੋਸੇਮੰਦ ਕਰਨ ਦੇ ਵਿੱਚ ਜੁਟ ਗਈਆਂ ਨੇ, ਪਰ ਉਠ ਕਿਸ ਕਰਵਟ ਬੈਠੇਗਾ ਇਹ ਆਉਣ ਵਾਲਾ ਵਕਤ ਦੱਸੇਗਾ। ਬਿਊਰੋ ਰਿਪੋਰਟ, ਗਲੋਬਲ ਪੰਜਾਬ TV।